ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸੇਵਾ ਦਲ ਅਤੇ ਰੋਗ ਨਿਵਾਰਨ ਕੈਂਪ ਵੱਲੋਂ ਇੱਕ ਵਾਰ ਫਿਰ ਆਪ ਸਭ ਜੀ ਦਾ ਬਹੁਤ ਬਹੁਤ ਜੀ ਆਇਆ ਜੀ। ਸੋ ਅੱਜ ਦਾ ਜੋ ਸੈਸ਼ਨ ਹੈ ਇਹ ਇੱਕ ਬਹੁਤ ਖਾਸ ਸੈਸ਼ਨ ਹੈ। ਇਹਦੇ ਵਿੱਚ ਬਹੁਤ ਸਾਰੇ ਵੀਰਾਂ ਭੈਣਾਂ ਵੱਲੋਂ ਸਾਨੂੰ ਰਿਕੁਐਸਟ ਆ ਰਹੀਆਂ ਸੀਗੀਆਂ ਕਿ ਵੀ ਕੁਝ ਵੀ ਕੁਆਰੰਟਾਈਨ ਹੈਗਾ, ਇਹਦੇ ਵਿੱਚ ਸਾਰੇ ਘਰਾਂ 'ਚ ਬੈਠੇ ਹਾਂ, ਕੁਝ ਖਾਸ ਨਹੀਂ ਕਰ ਪਾਉਂਦੇ, ਜਾਂ ਤਾਂ ਫਿਰ ਬੈਠੇ ਬੈਠੇ ਟੀ ਵੀ ਦੇਖ ਰਹੇ ਹਾਂ, ਯੂਟਿਊਬ 'ਤੇ ਬੈਠੇ ਹਾਂ, ਫੇਸਬੁੱਕ 'ਤੇ ਬੈਠੇ ਹਾਂ, ਜਾਂ ਫਿਰ ਜਿਹੜੇ ਕੰਮਾਂ ਵੱਲ ਜਾ ਰਹੇ ਨੇ, ਘਰ ਤੋਂ ਕੰਮ ਕਰ ਰਹੇ ਨੇ ਜਿਹੜੇ, ਉਹਨਾਂ ਨੂੰ ਕਾਫੀ ਦੇਰ ਕੰਪਿਊਟਰ 'ਤੇ ਬੈਠਣ ਨਾਲ ਸ਼ੋਲਡਰਸ ਅਤੇ ਬੈਕ ਇਹ ਦੋਵਾਂ ਦੇ ਵਿੱਚ ਬੜੀ ਪੇਨ ਹੋ ਰਹੀ ਹੈ। ਸੋ ਫਿਰ ਅਸੀਂ ਸੋਚਿਆ ਕਿਉਂ ਨਾ ਇਸੇ 'ਤੇ ਹੀ, ਇਸ ਟੋਪਿਕ 'ਤੇ ਹੀ ਤੁਹਾਡੇ ਨਾਲ ਅੱਜ ਦਾ ਜੋ ਸੈਸ਼ਨ ਰੱਖੀਏ। ਸੋ ਅੱਜ ਦਾ ਜੋ ਸੈਸ਼ਨ ਹੈ ਬਿਲਕੁਲ ਜਿਵੇਂ ਤੁਸੀਂ ਮੇਰੀ ਫੈਮਿਲੀ ਦੇਖਿਆ ਹੋਣਾ, ਖਾਸ ਕਰਕੇ ਇਹ ਹੈਗਾ ਬੈਕ ਅਤੇ ਸ਼ੋਲਡਰ। ਸੋ ਸੰਪੂਰਨ ਬੈਕ, ਪੂਰੀ ਬੈਕ, ਸਿਰ ਤੋਂ ਲੈ ਕੇ ਰੀੜ੍ਹ ਦੀ ਜੋ ਟੇਲ ਬੋਨ ਜਿਹਨੂੰ ਕਹਿੰਦੇ ਆ, ਉਹ ਸਾਰੀ ਦੀ ਸਾਰੀ ਸਪਾਈਨ ਦੀ ਗੱਲ ਕਰੀਏ, ਬੈਕ ਪੇਨ ਦੀ ਗੱਲ। ਇਹਦੇ ਕਾਰਨ ਕੀ ਹੈ, ਕਿਉਂ ਹੁੰਦੀ ਹੈ, ਕਿਵੇਂ ਇਸਨੂੰ ਠੀਕ ਕੀਤਾ ਜਾ ਸਕਦਾ ਬਿਨਾਂ ਦਵਾਈ ਬਿਨਾਂ ਮੈਡੀਸਿਨ ਤੋਂ, ਕੁਇਕਲੀ ਫਾਸਟ ਐਜ ਕੁਇਕ ਐਜ ਯੂ ਕੈਨ, ਬਹੁਤ ਈਜ਼ੀ ਹੈ। ਸੋ ਇਹਦੇ ਬਾਰੇ ਗੱਲ ਕਰਾਂਗੇ, ਫਿਰ ਕੁਝ ਐਕੂਪ੍ਰੈਸ਼ਰ ਪੁਆਇੰਟਸ ਬਾਰੇ ਗੱਲ ਕਰਾਂਗੇ, ਕੁਛ ਰੈਮਡੀਜ਼ ਬਾਰੇ ਗੱਲ ਕਰਾਂਗੇ, ਇਹ ਸਾਰਾ ਕੁਛ ਅੱਜ ਸਾਰਾ ਕੋਂਬੀਨੇਸ਼ਨ ਹੋਏਗਾ। ਸੋ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਕਿਉਂ ਨਾ ਇੱਕ ਵਾਰੀ ਪਰਮਾਤਮਾ ਦਾ ਧੰਨਵਾਦ ਕਰੀਏ, ਪਰਮਾਤਮਾ ਤੋਂ ਆਗਿਆ ਲਈਏ, ਇਕੱਠੇ ਹੋ ਕੇ ਕੋਈ ਥੋੜ੍ਹਾ ਜਿਹਾ ਆਪਾਂ ਅਰਦਾਸ ਦੇ ਤੌਰ 'ਤੇ ਇਕੱਠੇ ਹੋਈਏ, ਫਿਰ ਅਗੇ ਤੁਰਾਂਗੇ। ਸੋ ਸਾਰੇ ਹੀ ਅੱਖਾਂ ਬੰਦ, ਬੈਕ ਸਟ੍ਰੇਟ, ਕਲੋਜ਼ ਯੂਅਰ ਆਈਜ਼। ਜਿਸ ਵੀ ਪਰਮਾਤਮਾ, ਜਿਸ ਨਾਮ ਤੋਂ ਵੀ ਆ ਪਰਮਾਤਮਾ ਨੂੰ ਧਿਆਉਂਦੇ ਹੋ, ਭਾਵੇਂ ਉਹ ਅੱਲਾਹ ਹੋਵੇ, ਗੋਡ ਹੋਵੇ, ਰਾਮ ਹੋਵੇ, ਰਹੀਮ ਹੋਵੇ, ਵਾਹਿਗੁਰੂ ਹੋਵੇ, ਈਸ਼ਵਰ ਹੋਵੇ, ਖੁਦਾ ਹੋਵੇ, ਜਿਸ ਨਾਮ ਨਾਲ ਆਪ ਜਿਸ ਪਰਮਾਤਮਾ ਨੂੰ ਜਾਣਦੇ ਹੋ, ਉਸਨੂੰ ਆਪਣੇ ਮਨ ਮਸਤਕ ਦੇ ਵਿੱਚ ਧਿਆਨ ਕਰਕੇ, ਹੱਥ ਜੋੜ ਕੇ, ਬੈਕ ਸਟ੍ਰੇਟ ਕਰਕੇ, ਬੋਡੀ ਨੂੰ ਰਿਲੈਕਸ ਕਰਕੇ ਆਪਣੇ ਮਨ ਦੇ ਵਿੱਚ ਧਿਆਓ।
ਦੇ ਮਾਲ ਨਿਤਾਣਿਆਂ ਦੀ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਪਰਮਾਤਮਾ ਵਾਹਿਗੁਰੂ ਜੀ ਆਪ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਸਾਰੇ ਸੰਸਾਰ ਸਾਰੀ ਮਾਨਵਤਾ ਨੂੰ ਚੜ੍ਹਦੀ ਕਲਾ ਨਾਮ ਬਾਣੀ ਸਿਮਰਨ ਦੇ ਰੋਤਾ ਬਖਸ਼ੋ ਜੀ ਚੜ੍ਹਦੀ ਕਲਾ ਬਖਸ਼ੋ ਜੀ ਜਿਹਨੇ ਵੀਰ ਭੈਣ ਅਸੀਂ ਇਸ ਕਲਾਸ ਦੇ ਵਿੱਚ ਇਕੱਠੇ ਹੋਈਏ ਸਾਨੂੰ ਸਭਨਾਂ ਨੂੰ ਬਲ ਬਖਸ਼ਣਾ ਤਾਂ ਕਿ ਤੰਦਰੁਸਤ ਆਪ ਵੀ ਹੋਈਏ ਅਤੇ ਹੋਰਾਂ ਨੂੰ ਵੀ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੋ ਅੱਜ ਦਾ ਜਿਵੇਂ ਕਿ ਵਿਚਾਰ ਅੱਜ ਦਾ ਵਿਸ਼ਾ ਹੈ ਉਹ ਹੈ ਬੈਕ ਪੇਨ ਬੈਕ ਪੇਨ ਤੋਂ ਕਿਵੇਂ ਨਿਜ਼ਾਤ ਪਾਈਏ ਸੋ ਕੁਝ ਐਕਸਰਸਾਈਜ਼ਾਂ ਕਰਾਂਗੇ ਐਕਸਰਸਾਈਜ਼ਾਂ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਵਾਰਮ ਅਪ ਕਰ ਲਾਂਗੇ ਸੋ ਅੱਗੇ ਫਿਰ ਉਸ ਤੋਂ ਬਾਅਦ ਸ਼ੁਰੂ ਕਰਾਂਗੇ ਜੇ ਹੁਣ ਤੱਕ ਆਪ ਜੀ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰੋ ਅਤੇ ਬੈਲ ਬਟਨ ਜ਼ਰੂਰ ਦਬਾਓ ਕਿਉਂਕਿ ਬੈਲ ਬਟਨ ਦਬਾਉਣ ਦੇ ਨਾਲ ਕੀ ਹੋਏਗਾ ਜਿਹੜੀਆਂ ਆਉਣ ਵਾਲੀ ਵੀਡੀਓਜ਼ ਹੋਣਗੀਆਂ ਆਉਣ ਵਾਲੇ ਜੋ ਪ੍ਰੋਜੈਕਟ ਹੋਣਗੇ ਤੁਹਾਨੂੰ ਜਲਦੀ ਹੀ ਸਭ ਤੋਂ ਪਹਿਲੇ ਉਹਦੀ ਇਨਫੋਰਮੇਸ਼ਨ ਮਿਲੇਗੀ ਕਿ ਹਾਂ ਵੀ ਇਹ ਲਾਂਚ ਹੋ ਗਈ ਵੀਡੀਓ ਜਾਂ ਅੱਜ ਲਾਈਵ ਹੈਗੇ ਆ ਇਸ ਤੋਂ ਇਲਾਵਾ ਜੇ ਆਪ ਜੀ ਚਾਹੁੰਦੇ ਹੋ ਕਿ ਤੰਦਰੁਸਤ ਹੋਈਏ ਤਾਂ ਮੈਨੂੰ ਪੂਰਾ ਯਕੀਨ ਹੈ ਆਪ ਜੀ ਇਹ ਵੀ ਚਾਹੁੰਦੇ ਹੋ ਕਿ ਪੂਰਾ ਬ੍ਰਹਿਮੰਡ ਪੂਰਾ ਸੰਸਾਰ ਪੂਰੀ ਮਾਨਵਤਾ ਤੰਦਰੁਸਤ ਹੋਵੇ ਅਤੇ ਜੇ ਚਾਹੁੰਦੇ ਹੋ ਕਿ ਉਹ ਵੀ ਤੰਦਰੁਸਤ ਹੋਣ ਤਾਂ ਇਹ ਵੀਡੀਓ ਨੂੰ ਉਹਨਾਂ ਸਾਰਿਆਂ ਨਾਲ ਸ਼ੇਅਰ ਕਰੋ ਕਿਉਂਕਿ ਅਸੀਂ ਜੋ ਵੀ ਕੁਛ ਲੈ ਕੇ ਆਉਂਦੇ ਹਾਂ ਤੁਹਾਡੇ ਘਰ ਦੀ ਰਸੋਈ ਤੁਹਾਡੇ ਪਰਿਵਾਰ 'ਚੋਂ ਲੈ ਕੇ ਆਉਂਦੇ ਹਾਂ ਕਿਵੇਂ ਤੁਸੀਂ ਆਪਣੇ ਆਪ ਬਿਨਾਂ ਕਿਸੇ ਦਵਾਈ ਤੋਂ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਬਿਨਾਂ ਕਿਸੇ ਥੈਰੇਪੀ ਤੋਂ ਆਪਣੇ ਆਪ ਕਿਵੇਂ ਠੀਕ ਹੋ ਸਕਦੇ ਹੋ ਸੋ ਜੇ ਆਪ ਜੀ ਵੀ ਹੋਵੋਗੇ ਤਾਂ ਦੂਜਾ ਵੀ ਹੋਏਗਾ ਜੇ ਤੁਸੀਂ ਤੰਦਰੁਸਤ ਹੋਵੋਗੇ ਤਾਂ ਦੂਜੇ ਵੀ ਤੰਦਰੁਸਤ ਹੋਣਗੇ ਸ਼ੇਅਰ ਜ਼ਰੂਰ ਕਰਿਓ ਸੋ ਹੁਣ ਆਪਾਂ ਕੁਇਕਲੀ ਆਪਣੇ ਥਾਂ 'ਤੇ ਖੜ੍ਹੇ ਹੋ ਕੇ ਅਸੀਂ ਕੀ ਕਰਨਾ ਹੈ ਕਿ ਵੀ ਆਪਣੇ ਆਪ ਨੂੰ ਥੋੜ੍ਹਾ ਜਿਹਾ ਵਾਰਮ ਅਪ ਕਰ ਲੈਣਾ ਹੈ ਵਾਰਮ ਅਪ ਵਾਸਤੇ ਕੁਛ ਖਾਸ ਐਕਸਰਸਾਈਜ਼ ਜਿਹੜੀਆਂ ਆਪਣੇ ਸਾਰੇ ਬੋਡੀ ਦੇ ਪਾਰਟਸ ਨੂੰ ਸ਼ੇਕ ਕਰਨਾ ਹੈ ਸੋ ਹੁਣ ਅਸੀਂ ਕੀ ਕਰਨਾ ਹੈ ਆਪਣੇ ਐਂਕਲ 'ਤੇ ਜਾ ਕੇ ਐਂਕਲ ਨੂੰ ਚੱਕ ਲੈਣਾ ਹੈ ਟੋਸ 'ਤੇ ਜਾ ਕੇ ਸਿਰਫ ਸਟੈਪ ਅਪ ਡਾਊਨ ਕਰਨਾ ਇਹਦੇ ਨਾਲ ਕੀ ਹੋਏਗਾ ਕਿ ਵੀ ਜਿਹੜੀ ਤੁਹਾਡੀ ਪੂਰੀ ਬੋਡੀ ਹੈ ਉਹ ਵਾਰਮ ਅਪ ਹੋਏਗੀ ਇਹਦੇ ਨਾਲ ਤੁਹਾਡੇ ਐਂਕਲਸ ਦਾ ਜੁਆਇੰਟ ਜਿਹੜਾ ਨੀਜ਼ ਦਾ ਜੁਆਇੰਟ ਅਤੇ ਥਾਈ ਦਾ ਜੁਆਇੰਟ ਇਹ ਸਾਰੇ ਹੀ ਜੁਆਇੰਟ ਜਿਹੜੇ ਮੂਵ ਹੁੰਦੇ ਆ ਜਦੋਂ ਮੂਵ ਹੋਣਗੇ ਤਾਂ ਉਹਨਾਂ ਦੇ ਵਿੱਚ ਫਲੈਕਸੀਬਿਲਿਟੀ ਆਏਗੀ ਤਾਂ ਫਿਰ ਜਦੋਂ ਅਸੀਂ ਅੱਗੇ ਐਕਸਰਸਾਈਜ਼ ਕਰਾਂਗੇ ਤਾਂ ਉਹਨਾਂ ਦੇ ਵਿੱਚ ਕਿਸੇ ਵੀ ਮਸਲ ਨੂੰ ਸਟ੍ਰੈਚ ਨਹੀਂ ਹੋਏਗਾ ਸਟੇਨ ਨਹੀਂ ਪਏਗਾ ਅਤੇ ਰੈਪਚਰ ਨਹੀਂ ਹੋਣਗੇ ਸੋ ਆਪਾਂ 10 ਦੀ ਗਿਣਤੀ ਵਾਸਤੇ ਕਰੀਏ ਜੀ 1, 2, 3, 4, 5, 6, 7, 8, 9, 10 ਗੁੱਡ ਸੋ ਜਿਹੜੀ ਆਪਾਂ ਐਕਸਰਸਾਈਜ਼ ਕਰਦੇ ਹਾਂ ਆਪਾਂ ਇਹ ਧਿਆਨ ਨਾਲ ਕਰਦੇ ਹਾਂ ਕਿਉਂਕਿ ਜਿਵੇਂ ਹੁਣ ਅਸੀਂ ਰੋਮੀਵਾਰ ਨੂੰ ਕੈਂਪ ਕੱਢਦੇ ਆ ਰਹੇ ਹਾਂ ਜ਼ਿਆਦਾਤਰ ਉਹਦੇ ਵਿੱਚ ਵੀਰ ਭੈਣ ਜਿਹੜੇ ਮਾਤਾਵਾਂ ਭੈਣਾਂ ਹੁੰਦੀਆਂ ਨੇ ਜਾਂ ਵੀਰ ਹੁੰਦੇ ਨੇ ਉਹ ਜ਼ਿਆਦਾਤਰ 25-26 ਉਮਰ ਤੋਂ ਉੱਤੇ ਦੇ ਨੇ ਸੋ ਉਹਦੇ ਵਿੱਚ ਸਭ ਤੋਂ ਜ਼ਿਆਦਾ ਉਮਰ ਹੈਗੀ ਹੈ 45 ਤੋਂ ਉੱਤੇ ਵਾਲਿਆਂ ਦੀ ਸੋ ਸਾਡਾ ਜੋ ਕਲਾਸ ਹੁੰਦੀ ਹੈ ਸੈਸ਼ਨ ਹੁੰਦਾ ਉਹਨਾਂ ਨੂੰ ਜ਼ਿਆਦਾ ਧਿਆਨ 'ਚ ਰੱਖ ਕੇ ਕਰਦੇ ਹੁੰਦੇ ਹਾਂ ਕਿ ਵੀ ਯੂਥ ਵੀ ਅਤੇ ਓਲਡ ਵੀ ਸਾਰੇ ਇਹਨਾਂ ਐਕਸਰਸਾਈਜ਼ ਨੂੰ ਈਜ਼ੀਲੀ ਕਰ ਸਕਣ ਸੋ ਈਜ਼ੀ ਐਕਸਰਸਾਈਜ਼ਾਂ ਹੁੰਦੀਆਂ ਸੋ ਇਹ ਮੈਂ ਸੋਚਣਾ ਕਿ ਤੁਸੀਂ ਆਲਰੇਡੀ ਪੁਰਾਣਾ ਐਕਸਰਸਾਈਜ਼ ਕਰਦੇ ਹੋ ਯੋਗਾ ਕਰਦੇ ਹੋ ਜਾਂ ਫਿਜ਼ੀਕਲ ਸਟਰੈਂਥ ਤੁਹਾਡੀ ਜ਼ਿਆਦਾ ਹੈਗੀ ਹੈ ਅਤੇ ਐਕਸਰਸਾਈਜ਼ਾਂ ਥੋੜ੍ਹੀ ਜਿਹੀਆਂ ਐਡਵਾਂਸ ਲੈਵਲ 'ਤੇ ਨਹੀਂ ਹੈਗੀਆਂ ਲੇਕਿਨ ਇਹ ਗੱਲ ਜਾਣਦੇ ਤੁਹਾਨੂੰ ਖੁਸ਼ੀ ਮਿਲੇਗੀ ਕਿ ਵੀ ਐਕਸਰਸਾਈਜ਼ਾਂ ਤੁਸੀਂ ਅਤੇ ਤੁਹਾਡੇ ਬਜ਼ੁਰਗ ਦੋਵੇਂ ਇਕੱਠੇ ਵੀ ਕਰ ਸਕਦੇ ਆ ਅਤੇ ਬੱਚੇ ਵੀ ਨਾਲ ਕਰ ਸਕਦੇ ਆ ਭਾਵੇਂ ਤੁਸੀਂ ਐਡਵਾਂਸ ਲੈਵਲ 'ਤੇ ਹੋ ਭਾਵੇਂ ਬਿਗਨਿੰਗ ਲੈਵਲ 'ਤੇ ਹੋ ਸਾਰੇ ਰਲ ਕੇ ਕਰਾਂਗੇ ਸੋ ਹੁਣ ਕੀ ਕਰਨਾ ਹੈ ਇਸ ਦੇ ਨਾਲ ਨਾਲ ਆਪਣੇ ਜੋ ਆਰਮਸ ਨੇ ਆਰਮਸ ਨੂੰ ਆਪਾਂ ਬਾਹਰ ਖੋਲ੍ਹ ਕੇ ਇਸ ਤਰੀਕੇ ਦੇ ਨਾਲ ਜਿਵੇਂ ਬਾਜ ਦੇ ਫੰਗ ਹੁੰਦੇ ਆ ਪੰਛੀ ਦੇ ਫੰਗ ਹੁੰਦੇ ਆ ਫੰਗਾਂ ਵਾਂਗੂ ਆਪਾਂ ਇਹਨੂੰ ਇੱਦਾਂ ਸੋ ਮੇਰੇ ਗੁੱਟ ਦੇਖੋ ਪਹਿਲਾਂ ਗੁੱਟ ਸ਼ੋਲਡਰ ਐਲਬੋ ਸੋ ਗੁੱਟ ਸ਼ੋਲਡਰ ਐਲਬੋ ਸੋ ਇਹ ਤਿੰਨੋਂ ਜੁਆਇੰਟ ਜਿਹੜੇ ਆ ਪਹਿਲਾਂ ਆਪਾਂ ਤਿੰਨ ਜੁਆਇੰਟ ਕੀਤੇ ਸੀਗੇ ਗਿੱਟਾ ਗੋਡਾ ਅਤੇ ਕੁੱਲੇ ਵਾਲਾ ਹੁਣ ਕਰਨਾ ਗੁੱਟ ਐਲਬੋ ਅਤੇ ਮੋਢੇ ਦਾ ਸੋ ਤਿੰਨੋਂ ਜੁਆਇੰਟਸ ਨੂੰ ਜਿਸ ਤੋਂ ਆਪਾਂ ਇਹ ਕਰਾਂਗੇ ਇਹਦੇ ਨਾਲ ਨਾਲ ਆਪਣੇ ਨੀਜ਼ ਨੂੰ ਵੀ ਬੈਂਡ ਕਰਨਾ ਹੈ ਇਸਦੇ ਨਾਲ ਕੀ ਹੋਏਗਾ ਕਿ ਵੀ ਤੁਹਾਡੇ ਜਿੱਥੇ ਜੁਆਇੰਟਸ ਗੋਡੇ ਦੇ ਵੀ ਐਕਸਰਸਾਈਜ਼ ਹੋ ਰਹੀ ਹੈ ਉੱਥੇ ਬਾਹਾਂ ਗੁੱਟ ਅਤੇ ਮੋਢਾ ਤਿੰਨਾਂ ਦੀ ਐਕਸਰਸਾਈਜ਼ ਨਾਲ ਨਾਲ ਹੋ ਰਹੀ ਹੈ ਸੋ ਇਹਨਾਂ ਨੂੰ ਵੀ 10 ਸੈਕਿੰਡ ਨੇ 1, 2, 3, 4, 5, 6,
सात आठ नौ दस गुड जॉब। हुण क्विकली अगे चलांगे, अगे जाने से हम की करना है, असीं जिहड़ी होर एक्सरसाइज करांगे इस दे विच हाथ इत्थे रख के सामने एक दो तीन एंड चार एक दो लिख के आना एक दो तीन एंड चार एक दो तीन चार। हुण जो पै कर रहे इहदे नाल की एक्सरसाइज फायदा होना है, जिन्हां दे शोल्डरस स्ट्रैच रहिंदे, खास करके जिहड़े इलैक्ट्रीशियन ने या जिन्हां दा काम हत्थां नूं अपने मोढ़ियां तो उपर या अपने गर्दन तो धोण तो हैड तो उपर रख के काम करना हुंदा है, उन्हां दे अहम मसल्स जो ने काफ़ी ज़्यादा स्टिफ हो जाते हैं, उन्हां दे अहम मसल्स जिहड़े काफ़ी सख्त हो जाते हैं, जिन्हां करके उन्हां नूं शोल्डर पेन रहिंदी है। या जिहड़े कंप्यूटर ते ज़्यादा टाइम बैठते हैं, हाथ इत्थे चलते हैं, मोढ़े अपने आप जिहड़ा कॉलर ब्लेड है ये अपने आप उपर उठ जाते हैं, उन्होंने पता भी नहीं लगता। सो यह जगह ज़्यादा स्टिफ होने लग जाती है। सो उन्होंने वास्ते जिहड़े पैसे एक्सरसाइज कर रहे हैं एक दो तीन फिर हाथ सीधा सामने जाके चार। सो ये अपर शोल्डर और यू कैन से अपर बैक उस बेनीफिट मिलेगा। सो एक दो तीन चार 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 रिलैक्स। हुण की करना है अपने जिहड़े शोल्डर नूं रोटेट करना है अगे वाल नूं दस दी गिनती विच एक दो तीन चार पांच छे सत अठ नौ दस। हुण ऑपोजिट एक दो तीन चार पांच छे सत अठ नौ दस रिलैक्स। अपनी सीट पर बैठ जाओ जी। हाँ जी, जिहड़ी आप गल करिए बैक पेन, बैक पेन होने के कारण की है, बहुत सारे कारण है, कोई कारण नहीं है बैक पेन का, लेकिन सब तो ज़्यादा जिहड़ा इहदे विच इफेक्ट पैंदा है बैक पेन दे विच, वो भावें अपर दी होवे भावें लंबर दी होवे भावें उतली बॉडी च होवे भावें थले बैक दे विच होवे, इहदा कारण की है? सब तो पहला कारण है तुहाडा बैड पोस्चर, मतलब कि तुहाडे उठण बैठण का तरीका उहो जे गलत होवे। जे तुहाडे उठण बैठण का तरीका गलत है तां तुहानूं बैक दी पेन होनी है। उहदा कारण यह है जदों असीं बहिंदे हां ज़्यादातर इत्थे इस लैवल ते तुसीं देखो कि भी बैक शायद तुहानूं दिखे कितने सीधा बहना, असीं इत्थे बहिंदे हां। जदों असीं इस लैवल ते बहिंदे हां तां की हुंदा है कि जिहड़ा साडा बॉडी है साडा जिहड़ा सर्वाइकल है उह एस दी शेप दे विच हुंदा। सो जदों असीं इत्थे बैठे हां जिहड़ी इह शेप है खास करके इस लैवल दी इह बिगड़ जांदी है। इस नूं इंप्रूव करन वास्ते अज तों ही इहदे नालों इत्थे आओ। आई नो इन अ बिगनिंग शुरुआत दे विच तुहानूं शायद प्रॉब्लम आएगी ज़्यादातर सीधे बैठण दे विच, लेकिन इट्स ओके, हौली हौली आदतां कहिंदे आ ना, एक मैं छोटे हुंदे कहावत सुनी सी कहिंदे वारे शाह न आदतां जांदियां ने भावें कट्टीए पोरियां पोरियां, कि जिहड़ी माड़ियां आदतां ना उह पै जांदियां उह छुड़दियां नहीं। लेकिन दूजी कहावत मैं तुहानूं सुनाना ਕਹਿੰਦੇ ਵਾਰੇ ਸ਼ਾਹ ਆਦਤਾਂ ਜਾਂਦੀਆਂ ਨੇ ਜੇ ਛੱਡੀਏ ਥੋੜ੍ਹੀਆਂ ਥੋੜ੍ਹੀਆਂ, ਜੇ ਥੋੜ੍ਹੀ ਥੋੜ੍ਹੀ ਕਰਕੇ ਆਪਾਂ ਤਾਂ ਛੱਡਾਂਗੇ ਤਾਂ ਤੁਹਾਨੂੰ ਬੈਨੀਫਿਟ ਜ਼ਰੂਰ ਹੋਏਗਾ। ਸੋ ਕਰਨਾ ਕੀ ਹੈ, ਅੱਜ ਤੋਂ ਬਾਅਦ ਸਿੱਧੇ ਬਹਿਣਾ ਪਹਿਲਾ ਕੰਮ। ਦੂਜਾ ਕੰਮ, ਜੇ ਤੁਸੀਂ ਕੰਪਿਊਟਰ 'ਤੇ ਜੋਬ ਕਰ ਰਹੇ ਹੋ ਤਾਂ ਆਪਣੀ ਚੇਅਰ ਨੂੰ ਨੀਵਾਂ ਨਹੀਂ ਰੱਖਣਾ, ਜੇ ਤੁਹਾਡੀ ਚੇਅਰ ਨੀਵੀਂ ਹੈ ਤਾਂ ਤੁਹਾਡੇ ਸ਼ੋਲਡਰ ਆਪਣੇ ਆਪ ਉੱਪਰ ਜਾਣਗੇ। ਸੋ ਆਪਣੀ ਚੇਅਰ ਨੂੰ ਕੰਪਿਊਟਰ ਦੇ ਲੈਵਲ 'ਤੇ ਕਰਨਾ ਹੈ ਤਾਂ ਕਿ ਤੁਹਾਡੇ ਸ਼ੋਲਡਰ ਉੱਪਰ ਨਾ ਉੱਠਣ, ਰਿਲੈਕਸ ਈਜ਼ੀ ਪੋਸਚਰ 'ਤੇ ਇਸੀ ਪੋਸਚਰ 'ਚ ਰਹਿਣ, ਠੀਕ ਹੈ ਜੀ। ਇਸ ਤੋਂ ਬਾਅਦ ਹੁਣ ਕੀ ਕੰਮ ਹੈ, ਇਸ ਤੋਂ ਬਾਅਦ ਜਿਹੜਾ ਵੱਖਰਾ ਕੰਮ ਹੈ, ਜੇ ਤੁਹਾਡੀ ਸਿਟਿੰਗ ਜੋਬ ਹੈ ਜੇ ਤੁਹਾਡੀ ਸਿਟਿੰਗ ਜੋਬ ਹੈ ਤਾਂ ਸਿਟਿੰਗ ਜੋਬ ਦੇ ਵਾਸਤੇ ਤੁਹਾਨੂੰ ਕੀ ਕਰਨਾ ਪੈਣਾ ਹੈ, ਆਫਟਰ ਐਵਰੀ ਆਵਰ ਐਟ ਲੀਸਟ ਆਫਟਰ ਐਵਰੀ ਆਵਰ। ਮੈਨੂੰ ਪਤਾ ਅੱਧੇ ਘੰਟੇ ਬਾਅਦ ਉੱਠਣਾ ਔਖਾ, ਮੈਂ ਕਹਿਣਾ ਅੱਧਾ ਘੰਟਾ ਹੀ ਸੀਗਾ, ਲੇਕਿਨ ਮੈਨੂੰ ਪਤਾ ਅੱਧਾ ਘੰਟੇ ਬਾਅਦ ਉੱਠਣਾ ਔਖਾ ਹੋ ਜਾਂਦਾ। ਜੇ ਤੁਸੀਂ ਆਫਿਸ 'ਚ ਬੈਠੇ ਹੋ ਤਾਂ ਆਫਟਰ ਐਵਰੀ ਆਵਰ ਬਹਾਨਾ ਰੱਖੋ
ਵਾਸ਼ਰੂਮ ਦਾ ਬਹਾਨਾ ਰੱਖੋ, ਪਾਣੀ ਦਾ। ਇਹਦੇ ਨਾਲ ਕੀ ਹੋਏਗਾ, ਸਭ ਤੋਂ ਵੱਡੀ ਗੱਲ, ਜੇ ਤੁਸੀਂ 8 ਘੰਟੇ ਜੋਬ ਕਰ ਰਹੇ ਹੋ ਤਾਂ 8 ਗਲਾਸ ਪਾਣੀ ਦੇ ਪੂਰੇ ਦਿਨ 'ਚ ਤੁਹਾਡੇ ਪੀਤੇ ਜਾਣੇ ਈਜ਼ੀਲੀ, ਜਿਹੜਾ ਆਮ ਬੰਦਾ ਕਹਿੰਦਾ ਸਾਡੇ ਤੋਂ ਨਹੀਂ ਪੀਤੇ ਜਾਂਦੇ। ਲੇਕਿਨ ਸਾਡੀ ਬੋਡੀ ਦੀ ਲੋੜ ਹੈ, ਅਤੇ ਜੇ ਤੁਹਾਡੇ ਬੋਡੀ ਦੇ ਵਿੱਚ ਪ੍ਰੋਪਰ ਕੁਆਂਟਿਟੀ ਦੇ ਵਿੱਚ ਪਾਣੀ ਹੋਏਗਾ ਤਾਂ ਬੈਕ ਪੇਨ ਵੀ ਉਹਦੇ 'ਚ ਬਹੁਤ ਜ਼ਿਆਦਾ ਅਸਰ ਦੇਗਾ, ਬੈਕ ਪੇਨ ਨੂੰ ਆਰਾਮ ਵੀ ਦੇਗਾ, ਠੀਕ ਵੀ ਦੇਗਾ। ਚਲੋ ਇਹਦੀ ਬਾਰੇ ਮੈਂ ਅੱਗੇ ਕਰਨੀ ਸੀ ਲੇਕਿਨ ਹੁਣੇ ਕਰ ਲਈ, ਕੋਈ ਗੱਲ ਨਹੀਂ। ਸੋ ਕਰਨਾ ਕੀ ਹੈ, ਆਫਟਰ ਐਵਰੀ ਆਵਰ ਯੂ ਨੀਡ ਟੂ ਗੋ ਟੂ ਡਰਿੰਕ ਵਾਟਰ। ਤੁਸੀਂ ਪਾਣੀ ਪੀਣ ਵਾਸਤੇ 1 ਘੰਟੇ ਬਾਅਦ ਉੱਠ ਕੇ ਜਾਓ, ਜਾਂ ਵਾਸ਼ਰੂਮ ਵਾਸਤੇ ਜਾਓ 1 ਘੰਟੇ ਬਾਅਦ, ਤੁਸੀਂ ਆਪਣੀ ਕੁਰਸੀ 'ਤੇ ਉੱਠਣਾ ਹੀ ਉੱਠਣਾ, ਜਿਸ ਮਰਜ਼ੀ ਬਹਾਨੇ ਨਾਲ ਉੱਠੋ। ਦੂਜੀ ਗੱਲ, ਜਿਹੜਾ ਸਾਡਾ ਬੈਡ ਪੋਸਚਰ ਦੇ ਨਾਲ ਕਈ ਵਾਰ ਕੀ ਹੁੰਦਾ, ਕਿਤੇ ਝਟਕਾ ਲੱਗ ਜਾਂਦਾ, ਕਿਤੇ ਗਿਰ ਜਾਂਦੇ ਹਾਂ, ਅਸੀਂ ਗਿਰਦੇ ਹਾਂ, ਕੋਈ ਕਾਰ ਐਕਸੀਡੈਂਟ ਹੋ ਗਿਆ, ਕਿਸੇ ਨੇ ਕੁਛ ਧੱਕਾ ਮਾਰਤਾ, ਬੱਚੇ ਨੇ ਸ਼ਰਾਰਤ ਕਰਤੀ, ਤਾਂ ਜਿਹੜਾ ਬੋਡੀ ਨੂੰ ਇੱਕ ਸਡਨਲੀ ਇੰਪੈਕਟ ਹੁੰਦਾ ਝਟਕੇ ਦੇ ਨਾਲ, ਉਹਦੇ ਨਾਲ ਵੀ ਕੀ ਹੁੰਦਾ ਕਿ ਜਿਹੜੀ ਸਾਡੀ ਹੈ, ਸਾਡੇ ਜਿਵੇਂ ਹੈ, ਤੁਸੀਂ ਇਹਨੂੰ ਲੈ ਕੇ ਚੱਲੋ, ਤੁਹਾਡੇ ਬੋਡੀ ਵਰਾਜ ਨੇ, ਇਹਨਾਂ ਦੇ ਵਿੱਚ ਝਟਕਾ ਵੱਜਦਾ ਜਦੋਂ, ਤਾਂ ਇਹ ਆਪਣੀ ਜਗ੍ਹਾ ਤੋਂ ਡਿਸਕ ਜਿਹੜੀ ਹੈ ਉਹ ਕਈ ਵਾਰ ਹਿੱਲ ਜਾਂਦੀ ਹੈ, ਕਈ ਵਾਰ ਕੰਪਰੈਸ ਹੋ ਜਾਂਦੀ ਹੈ। ਜਦੋਂ ਡਿਸਕੰਪਰੈਸ ਹੁੰਦੀ ਹੈ ਤਾਂ ਉਹਦੇ ਵਿੱਚੋਂ ਜਿਹੜੀਆਂ ਆਰਟਰੀਜ਼, ਉਹਦੇ ਵਿੱਚ ਜਿਹੜੀ ਨਰਵਸ ਨਿਕਲ ਰਹੀਆਂ ਹੁੰਦੀਆਂ ਉਹ ਕੰਪਰੈਸ ਹੋ ਜਾਂਦੀਆਂ, ਉਹ ਪ੍ਰੈਸ ਹੋ ਜਾਂਦੀਆਂ, ਜਿਹਦੇ ਕਰਕੇ ਵੀ ਜਿਹੜਾ ਬੈਕ ਪੇਨ ਦਾ ਬਹੁਤ ਵੱਡਾ ਕਾਰਨ ਹੈ। ਕਈ ਵਾਰ ਕੀ ਹੁੰਦਾ ਹੈ, ਅਸੀਂ ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ, ਬਹੁਤ ਜ਼ਰੂਰੀ ਹੈ ਧਿਆਨ ਰੱਖਣ ਵਾਲੀ, ਅਤੇ ਜਿਵੇਂ ਵੇਟ ਚੱਕਣ ਦਾ ਵੀ ਤਰੀਕਾ ਜਿਹੜਾ ਸਾਨੂੰ ਪਤਾ ਹੋਣਾ ਚਾਹੀਦਾ, ਲੈਟਸ ਸੇ ਕਿੰਨਾ ਕੁ ਭਾਰੀ ਹੋਊਗਾ, ਠੀਕ ਹੈ ਨਾ। ਹੁਣ ਜੇ ਇਹ ਵੀ ਚੱਕਣਾ, ਅਸੀਂ ਇੱਦਾਂ ਚੱਕਦੇ ਹਾਂ, ਜਿਹੜਾ ਸਭ ਤੋਂ ਵਰਸਟ ਪੁਜੀਸ਼ਨ ਹੈ, ਪੋਸਚਰ ਦੀ ਗੱਲ ਫਿਰ ਆ ਗਈ, ਹੈ ਨਾ, ਵੇਟ ਕਿੱਦਾਂ ਚੱਕਣਾ। ਸੋ ਜੇ ਅਸੀਂ ਇਹਨੂੰ ਚੱਕਣਾ ਹੈ ਤਾਂ ਇੱਦਾਂ ਨਹੀਂ ਚੱਕਣਾ, ਇਹਦੇ ਵਾਸਤੇ ਆਪਣੇ ਜਿਹੜੇ ਨੀਜ਼ ਨੇ, ਆਪਣੇ ਗੋਡੇ ਹੈ, ਇਹਨਾਂ ਨੂੰ ਅਸੀਂ ਬੈਂਡ ਕਰਨਾ। ਫਿਰ ਹੁਣ ਭਾਵੇਂ ਪਾਣੀ ਦੀ ਭਰੀ ਹੋਈ ਬਾਲਟੀ ਚੱਕ ਲਓ, ਭਾਵੇਂ ਤੁਹਾਨੂੰ ਵੇਟ ਚੱਕ ਲਓ, ਭਾਵੇਂ ਇੱਕ ਫੁੱਲ ਦੀ ਪੱਤੀ ਚੱਕ ਲਓ, ਇਸ ਤਰੀਕੇ ਦੇ ਨਾਲ ਜਾਵਾਂਗੇ, ਚੱਕਾਂਗੇ, ਜਦੋਂ ਰੱਖਣਾ ਵੀ ਹੈ ਉਦੋਂ ਵੀ ਇੱਦਾਂ ਹੀ ਜਾ ਕੇ ਇੱਥੇ ਰੱਖਣਾ। ਜਦੋਂ ਇਸ ਪੋਜੀਸ਼ਨ ਦੇ ਵਿੱਚ ਜਾਓਗੇ ਤਾਂ ਫਿਰ ਦੇਖੋ, ਆਪਣੇ ਪੈਰਾਂ ਨੂੰ ਮੋਢੇ ਦੇ ਬਰਾਬਰ ਇੱਥੇ ਜਾ ਕੇ ਛੱਡਣਾ ਹੈ, ਅਤੇ ਇੱਥੋਂ ਹੀ ਚੱਕਣਾ। ਜਦੋਂ ਇੱਧਰ ਚੱਕਾਂਗੇ ਤਾਂ ਜਿਹੜਾ ਭਾਰ ਬੋਡੀ ਦਾ ਬੈਕ ਦੇ ਵਿੱਚ ਬਿਲਕੁਲ ਨਹੀਂ ਪਏਗਾ, ਇਹ ਸਾਰਾ ਵੇਟ ਤੁਹਾਡੇ ਪੈਰਾਂ ਦੇ ਵਿੱਚ, ਤੁਹਾਡੇ ਜੋ ਬੋਡੀ ਦੇ ਸ਼ੋਕਰਸ ਨੇ ਗੋਡੇ, ਉਹਨਾਂ ਦੇ ਵਿੱਚ ਅਸਰ ਪਏਗਾ, ਜਿਹਦੇ ਕਰਕੇ ਤੁਹਾਡੀ ਬੈਕ ਪੇਨ ਨਹੀਂ ਹੋਏਗੀ। ਅਤੇ ਗੋਡਿਆਂ ਦਾ ਕੰਮ ਹੀ ਇਹ ਹੈ ਕਿ ਭਾਰ ਚੱਕਣਾ। ਇਸ ਤੋਂ ਇਲਾਵਾ ਸਾਡਾ ਲੇਟਣਾ ਅਤੇ ਉੱਠਣਾ, ਇਹ ਵੀ ਬਹੁਤ ਜ਼ਿਆਦਾ ਕਾਊਂਟ ਕਰਦਾ ਹੈ। ਉੱਠਣਾ ਲੇਟਣਾ ਕਿੱਦਾਂ ਹੈ, ਜਦੋਂ ਅਸੀਂ ਲੇਟਦੇ ਹਾਂ ਇਸ ਤਰੀਕੇ ਦੇ ਨਾਲ, ਮਹਿਸੂਸ ਕਰੋ ਇਸ ਜਗ੍ਹਾ 'ਤੇ ਅਤੇ ਇਸ ਜਗ੍ਹਾ 'ਤੇ, ਤੁਹਾਡੀ ਬੋਡੀ ਦਾ ਸਾਰਾ ਵੇਟ ਜੋ ਹੈ ਤੁਹਾਡੇ ਲੋਅਰ ਨੰਬਰ ਅਤੇ ਨੈਕ, ਇਹ ਦੋਵਾਂ 'ਤੇ ਆ ਜਾਂਦਾ। ਸੋ ਕਦੇ ਵੀ ਨਾ ਇੱਦਾਂ ਲੇਟਣਾ ਅਤੇ ਨਾ ਹੀ ਇੱਦਾਂ ਉੱਠਣਾ, ਇਹ ਦੋ ਬੜੇ ਬੈਡ ਪੋਸਚਰ ਨੇ ਜਿਹੜੇ ਰੂਟੀਨ ਦੇ ਵਿੱਚ ਅਸੀਂ ਸਾਰੇ ਕਰਦੇ ਹਾਂ। ਸੋ ਲੇਟਣਾ ਕਿੱਦਾਂ ਹੈ, ਇੱਕ ਸਾਈਡ ਲੈ ਕੇ ਆਮ ਸਿੱਧੀ ਕਰਕੇ ਇੱਦਾਂ ਚਲੇ ਜਾਓ, ਇਸ ਹੀ ਤਰੀਕੇ ਦੇ ਨਾਲ ਲੇਟੋ। ਅਤੇ ਉੱਠਣ ਵਾਸਤੇ ਵੀ ਰਾਈਟ ਔਰ ਲੈਫਟ ਇਸ ਅਪ ਟੂ ਯੂ, ਸੋ ਇੱਕ ਸਾਈਡ ਲਿੱਤੀ ਅਤੇ ਇੱਦਾਂ ਉੱਠ ਜਾਓ, ਨਹੀਂ ਤਾਂ ਫਿਰ ਇੱਦਾਂ ਘੋੜੇ ਬਣ ਗਏ ਪਹਿਲਾਂ, ਘੋੜੇ ਬਣਨ ਤੋਂ ਬਾਅਦ ਸਿੱਧਾ ਜਾ ਕੇ ਇੱਦਾਂ ਲੇਟ ਗਏ, ਇਸ ਤੋਂ ਬਾਅਦ ਰਾਈਟ ਔਰ ਲੈਫਟ ਜਿੱਧਰ ਨੂੰ ਪਾਸੇ ਤੁਸੀਂ ਲੇਟਣਾ ਤੁਹਾਡੀ ਖੁਸ਼ੀ। ਉੱਠਣ ਵਾਸਤੇ ਵੀ ਬੈਸਟ ਹੈ ਤੁਸੀਂ ਇਸ ਪੋਜੀਸ਼ਨ 'ਚ ਉੱਠੋ, ਜਦੋਂ ਇੱਦਾਂ ਉੱਠੋਗੇ ਤੁਹਾਡੀ ਬੈਕ ਦੇ ਵਿੱਚ ਪ੍ਰੋਬਲਮ ਕਦੇ ਨਹੀਂ ਆਏਗੀ। ਜੇ ਇਹ ਪੋਸਚਰ ਤੁਸੀਂ ਨਹੀਂ ਰੱਖੋਗੇ, ਜੇ ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ ਬੈਕ ਪੇਨ ਆਈ ਖੜੀ ਹੈ, ਕਿਉਂਕਿ ਤੁਹਾਡਾ ਬੈਡ ਪੋਸਚਰ ਹੈ। ਹੋਰ ਵੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਬੈਡ ਜਿਹੜੇ ਸਾਡੇ ਲਾਈਫ ਦੇ ਵਿੱਚ ਅਸੀਂ ਕਰ ਰਹੇ ਹਾਂ। ਇੱਕ ਆਮ ਇਨਸਾਨ, ਹੁਣ ਮੈਂ ਗੱਲ ਕਰਦਾ ਨੈਕ ਦੀ, ਖਾਸ ਕਰਕੇ ਸਰਵਾਈਕਲ ਸਕੋਲੀਓਸਿਸ ਦੇ ਨਾਲ, ਕਿਉਂਕਿ ਇਹ ਸਾਰਾ ਬੈਕ ਦੇ ਵਿੱਚ ਹੀ ਸੰਬੰਧ ਕਰਦਾ। ਆਮ ਇਨਸਾਨ ਜੋ ਆਪਣੀ ਜ਼ਿੰਦਗੀ ਦੇ ਵਿੱਚ 24 ਘੰਟੇ ਦੇ ਵਿੱਚ ਘੱਟ ਤੋਂ ਘੱਟ 16 ਘੰਟੇ ਉਹਦੀ ਗਰਦਨ ਇਸ ਲੈਵਲ 'ਤੇ ਰਹਿੰਦੀ ਹੈ। ਜਦੋਂ ਅਸੀਂ ਰਾਤੀ ਸੌਂਦੇ ਹਾਂ, ਕੋਈ 6 ਘੰਟੇ ਸੌਂਦਾ, ਕੋਈ 9 ਘੰਟੇ ਸੌਂਦਾ, ਸੋ ਆਪਾਂ ਵਿੱਚ ਲੈ ਕੇ ਚੱਲਦੇ 8 ਘੰਟੇ, ਜਿਹੜੇ ਕਿ ਆਮ ਡਾਕਟਰ ਵੀ ਕਹਿੰਦੇ 6 ਤੋਂ 8 ਘੰਟੇ ਸੌਣਾ ਚਾਹੀਦਾ। ਸੋ 8 ਘੰਟੇ ਜਦੋਂ ਅਸੀਂ ਸੌ ਰਹੇ ਹਾਂ, ਸਾਡੇ ਸਿਰ ਦੇ ਥੱਲੇ ਪਿੱਲੋ ਹੁੰਦਾ, ਜਿਹੜਾ ਸਰਾਣਾ ਹੁੰਦਾ, ਉਹ ਸਾਡੀ ਗਰਦਨ ਨੂੰ ਔਲਰੇਡੀ ਇਸ ਲੈਵਲ 'ਤੇ ਰੱਖਦਾ। ਉਸ ਤੋਂ ਬਾਅਦ ਬਰੱਸ਼ ਕਰਨਾ, ਬਰੱਸ਼ ਕਰਨ ਤੋਂ ਬਾਅਦ ਮੂੰਹ ਧੋਣਾ, ਮੂੰਹ ਧੋਣ ਤੋਂ ਬਾਅਦ
ਬੀਬੀਆਂ ਜੇ ਮੇਕਅਪ ਕਰ ਰਹੀਆਂ ਜਾਂ ਫਿਰ ਪਾਠ ਪੂਜਾ ਕਰਦੇ ਹਾਂ, ਉਸ ਤੋਂ ਬਾਅਦ ਬ੍ਰੇਕਫਾਸਟ ਖਾ ਰਹੇ ਹਾਂ ਜਾਂ ਬਣਾ ਰਹੇ ਹਾਂ, ਉਸ ਤੋਂ ਬਾਅਦ ਡਰਾਈਵ ਕਰ ਰਹੇ ਹਾਂ, ਪੜ੍ਹ ਰਹੇ ਹਾਂ, ਲਿਖ ਰਹੇ ਹਾਂ, ਕੰਮ ਕਰ ਰਹੇ ਹਾਂ, ਸਫਾਈਆਂ ਕਰ ਰਹੇ ਹਾਂ, ਕਿਸੇ ਵੀ ਕੰਮ 'ਚ ਲੈ ਲਈਏ, ਪੂਰੇ ਦਿਨ ਦੇ ਵਿੱਚ ਅਪਰੋਕਸੀਮੇਟ 6 ਤੋਂ 8 ਘੰਟੇ ਆਪਾਂ ਸੋਂਦੇ ਹਾਂ, ਉਦੋਂ ਗਰਦਨ ਇੱਥੇ ਹੈ। ਉਸ ਤੋਂ ਇਲਾਵਾ ਪੂਰੇ ਦਿਨ ਦੇ ਵਿੱਚ 16 ਤੋਂ 18 ਘੰਟੇ ਤੁਹਾਡੀ ਗਰਦਨ ਇਸ ਲੈਵਲ 'ਤੇ ਰਹਿੰਦੀ ਹੈ। ਜਿਹੜੀਆਂ ਬੀਬੀਆਂ ਕੰਮ ਵੀ ਕਰਦੀਆਂ ਅਤੇ ਘਰ ਵੀ ਦੇਖਦੀਆਂ, ਉਹਨਾਂ ਦੀ ਤਾਂ ਮੈਂ ਕਹਾਂਗਾ ਕਿ ਘੱਟ ਤੋਂ ਘੱਟ 20 ਤੋਂ 22 ਘੰਟੇ ਉਹਨਾਂ ਦੀ ਗਰਦਨ ਇਸ ਲੈਵਲ 'ਤੇ ਰਹਿੰਦੀ ਹੈ। ਸੋ ਅੱਜ ਤੋਂ ਹੀ ਤੁਸੀਂ ਕੀ ਕਰਨਾ ਹੈ, ਹੋਰ ਕੁਝ ਨਹੀਂ ਤਾਂ ਇੱਕ ਪੁਜੀਸ਼ਨ ਜਿਹੜੀ ਤੁਸੀਂ ਬਹੁਤ ਈਜ਼ੀਲੀ ਠੀਕ ਕਰ ਸਕਦੇ ਹੋ, ਇਸ ਤਰੀਕੇ ਦੇ ਨਾਲ ਆਪਣਾ ਟਾਵਲ ਲੈ ਕੇ ਟਾਵਲ ਨੂੰ ਆਪਣੇ ਤੌਲੀਏ ਨੂੰ ਇੱਦਾਂ ਰੋਲ ਕਰਕੇ ਆਪਣੀ ਗਰਦਨ ਦੇ ਥੱਲੇ ਇੱਦਾਂ ਰੱਖਣਾ। ਜਦੋਂ ਤੁਸੀਂ ਲੇਟਣਾ ਹੈ, ਜਦੋਂ ਤੁਸੀਂ ਸੋਣਾ ਹੈ, ਸੋਣ ਲੱਗਿਆ ਤੁਹਾਡੀ ਗਰਦਨ ਦੇ ਥੱਲੇ ਤੁਹਾਡਾ ਤੌਲੀਆ ਜਾਂ ਚਾਦਰ ਇਸ ਤਰ੍ਹਾਂ ਆਪਣੀ ਗਰਦਨ ਥੱਲੇ ਰੱਖ ਕੇ ਸੋਣਾ। ਜਦੋਂ ਇੱਦਾਂ ਤੌਲੀਏ ਨੂੰ ਆਪਣੀ ਗਰਦਨ ਥੱਲੇ ਰੱਖੋਗੇ ਤਾਂ ਕੀ ਹੋਏਗਾ ਕਿ ਵੀ ਜਿਹੜਾ ਤੁਹਾਡੇ ਬੋਡੀ ਦਾ ਕਰਵ ਸੀਗਾ, ਜਿਹੜਾ ਤੁਹਾਡੀ ਬੋਡੀ ਦਾ ਕਰਵ ਸੀਗਾ, ਉਹ ਕਰਵ ਨੂੰ ਅਸੀਂ ਕੀ ਕਰਨਾ ਹੈ ਕਿ ਵੀ ਮੇਨਟੇਨ ਕਰਨਾ ਦੁਆਰਾ। ਜਿਹੜਾ ਇਸ ਲੈਵਲ 'ਤੇ ਤੁਹਾਡਾ ਐਸ ਸੀਗਾ ਉੱਪਰੋਂ ਦੀ, ਉਹ ਇੱਦਾਂ ਹੋ ਚੁੱਕਿਆ ਸੀ ਕਿਉਂਕਿ ਗਰਦਨ ਸਾਡੀ ਝੁਕਦੀ ਸੀ। ਹੁਣ ਜਿਹੜਾ ਇਹ ਕਰਵ ਨੂੰ ਮੇਨਟੇਨ ਕਰਨਾ ਹੈ ਦੁਆਰਾ ਇਸ ਤਰੀਕੇ ਦੇ ਨਾਲ, ਉਹ ਤਾਂ ਹੀ ਹੋਏਗਾ ਜਦੋਂ ਅਸੀਂ ਇੱਦਾਂ ਤੌਲੀਆ ਆਪਣੀ ਗਰਦਨ ਦੇ ਥੱਲੇ ਰੱਖਾਂਗੇ ਇਸ ਜਗ੍ਹਾ 'ਤੇ, ਅਤੇ ਇਹ ਕਰਵ ਆਪਣੇ ਆਪ ਮੇਨਟੇਨ ਹੋਣਾ ਸ਼ੁਰੂ ਹੋ ਜਾਏਗਾ। ਇਸ ਦੇ ਨਾਲ ਹੀ ਤੁਹਾਡੀ ਗਰਦਨ ਦੇ ਵਿੱਚ ਬਹੁਤ ਜ਼ਿਆਦਾ ਆਰਾਮ ਰਿਲੈਕਸ ਮਿਲਣਾ ਸ਼ੁਰੂ ਹੋ ਜਾਏਗਾ, ਰਿਲੀਫ ਮਿਲਣਾ ਸ਼ੁਰੂ, ਕੁਇਕ ਰਿਲੀਫ ਹੋਏਗਾ ਇਹਦੇ ਨਾਲ। ਦੂਜਾ, ਹੁਣ ਅਸੀਂ ਕੁਇਕਲੀ ਚੱਲਦੇ ਹਾਂ ਕੁਝ ਐਕਸਰਸਾਈਜ਼ਾਂ ਵੱਲ, ਜਿਨ੍ਹਾਂ ਦੇ ਕਰਕੇ ਸਾਡੀ ਬੈਕ ਪੇਨ ਜਿਹੜੀ, ਖਾਸ ਕਰਕੇ ਲੰਬਰ ਅਤੇ ਅਪਰ ਪੇਨ ਜਿਹੜੀ ਉਹ ਸਹੀ ਹੋ ਸਕੇ। ਉਸ ਤੋਂ ਪਹਿਲਾਂ ਇੱਕ ਐਕਸਰਸਾਈਜ਼ ਆਪਾਂ ਦੇਖੀਏ ਕਿ ਵੀ ਅਪਰ ਬੈਕ ਵਾਸਤੇ 11 ਲੰਬਾ ਸਾਹ ਲਿੱਤਾ। ਸੋ ਆਪਣੇ ਪੈਰਾਂ ਨੂੰ ਆਪਣੇ ਮੋਢਿਆਂ ਦੇ ਬਰਾਬਰ ਖੋਲ੍ਹ ਲਿਆ, 11 ਲੰਬਾ ਸਾਹ ਲੈ ਕੇ ਉਹਦਾ ਵੀ ਆਪ ਜਿੰਨਾ ਉੱਪਰ ਜਾ ਸਕਦੇ ਹਾਂ ਉੱਪਰ ਜਾ ਕੇ ਆਪਣੇ ਹੱਥਾਂ ਨੂੰ ਦੇਖੋ, ਆਪਣੀ ਉਂਗਲੀਆਂ ਨੂੰ ਦੇਖੋ, 11 ਲੰਬਾ ਸਾਹ ਲੈ ਕੇ ਰੱਖੋ ਅਤੇ 10 ਦੀ ਗਿਣਤੀ ਗਿਣੋ, 1, 2, 3, 4, 5, 6, 7, 8, 9, 10। ਇਸੇ ਤਰੀਕੇ ਦੇ ਨਾਲ ਦੂਜੇ ਹੱਥ ਨੂੰ ਉੱਪਰ ਲੈ ਕੇ ਜਾਵਾਂਗੇ, ਪੂਰਾ 11 ਲੰਬਾ ਸਾਹ ਲੈ ਕੇ ਉਹ ਦਵੇ ਆ ਸ਼ੋਲਡਰ ਲੈਵਲ 'ਤੇ, ਥੱਲੇ ਨਹੀਂ ਉੱਪਰ। ਜਿੰਨਾ ਪਿੱਛੇ ਦੇਖ ਸਕਦੇ ਹਾਂ 6 ਤੋਂ 10 ਦੀ ਗਿਣਤੀ ਇਸ ਐਕਸਰਸਾਈਜ਼ 'ਚ ਕਰਨੀ ਹੈ, 1, 2, 3, 4, 5, 6, 7, 8, 9, 10। ਗ੍ਰੇਟ। ਸੋ ਇਸ ਐਕਸਰਸਾਈਜ਼ ਦਾ ਅਸੀਂ ਕੀ ਕਰਨਾ ਹੈ, ਘੱਟ ਤੋਂ ਘੱਟ 3 ਤੋਂ 5 ਵਾਰੀ ਇਹਦਾ ਲੈਪਸ ਕਰਨੇ, 3 ਤੋਂ 5 ਰਾਊਂਡ ਕਰਨੇ ਹੈ। ਸੋ 6 ਤੋਂ ਲੈ ਕੇ 10 ਤੱਕ ਗਿਣਤੀ ਤੁਸੀਂ ਕਰ ਸਕਦੇ ਹੋ, 1, 2, 3, 4, 5, 6। ਦੂਜਾ ਸਾਈਡ 1, 2, 3, 4, 5, 6। ਇਸਦੇ ਨਾਲ ਕੀ ਹੋਏਗਾ, ਜਿਹੜੀ ਤੁਹਾਡੀ ਉੱਪਰਲੀ ਪਿੱਠ ਹੈ, ਬੈਕ ਹੈ, ਉਹ ਇੱਦਾਂ ਟਵਿਸਟ ਹੋਏਗੀ। ਜਦੋਂ ਟਵਿਸਟ ਹੋਏਗੀ ਤੁਹਾਡੇ ਜਿਹੜੇ ਬੋਡੀ ਵਰਾਸ ਨੇ ਆਪਣੀ ਪੋਜੀਸ਼ਨ ਦੇ ਵਿੱਚ ਆਪਣੇ ਆਪ ਨੂੰ ਆਪ ਐਡਜਸਟ ਕਰਨਗੇ। ਇਸ ਤੋਂ ਇਲਾਵਾ ਇੱਕ ਹੋਰ ਐਕਸਰਸਾਈਜ਼ ਅਸੀਂ ਅਪਰ ਬੈਕ ਵਾਸਤੇ ਕਰਨੀ ਹੈ। ਇੱਦਾਂ ਲੇਟ ਜਾਣਾ ਹੈ, ਲੇਟ ਕੇ ਕੀ ਕਰਨਾ ਅਸੀਂ ਕਿ ਵੀ 11 ਲੰਬਾ ਸਾਹ ਲੈਣਾ ਹੈ, ਹੱਥਾਂ ਨੂੰ ਬਾਹਰ ਖੋਲ੍ਹ ਕੇ ਅੰਗੂਠੇ ਖੜ੍ਹੇ ਆਪਣੇ ਪੈਰਾਂ ਦੇ ਵਿੱਚ ਲੰਬਾ ਸਾਹ ਲੈ ਕੇ ਇੱਕ ਲੱਤ ਨੂੰ, ਸੱਜੇ ਲੱਤ ਨੂੰ ਪੂਰਾ ਬਾਹਰ ਖਿੱਚ ਕੇ ਆਲ ਦਾ ਵੇ ਟੂਵਰਡਸ ਯੋਰ ਰਾਈਟ ਖਿੱਚ ਕੇ ਰੱਖਣਾ ਹੈ, ਦੇਖਣਾ ਓਪੋਜ਼ਿਟ। ਇੱਥੇ 6 ਦੀ ਗਿਣਤੀ ਗਿਣ ਕੇ ਵਾਪਸ ਲਿਆਉਣਾ ਹੈ, ਫਿਰ ਇੱਧਰ। ਹੁਣ ਦੂਜਾ ਪੈਰ 11 ਲੰਬਾ ਸਾਹ ਲਿੱਤਾ, ਆਲ ਦਾ ਵੇ ਟੂਵਰਡਸ ਰਾਈਟ ਐਂਡ ਲੁੱਕ ਐਟ ਯੋਰ ਲੈਫਟ, 1, 2, 3, 4, 5, 6। ਸੋ ਇਸ ਐਕਸਰਸਾਈਜ਼ ਨੂੰ ਵੀ
ਅਸੀਂ 3 ਤੋਂ 5 ਦਾ ਰਾਊਂਡ ਲੈਣਾ ਹੈ ਆਪਾਂ ਫਿਰ ਦੂਜੀ ਵਾਰੀ ਕਰਦੇ ਹਾਂ ਅੱਜ 11 ਨੰਬਰ ਸਾਹ ਲਿਤਾ ਰਾਈਟ ਲੈਗ ਨੂੰ ਓਵਰ ਦ ਵੇ ਲੈਫਟ ਲੁੱਕ ਐਟ ਯੂਰ ਰਾਈਟ ਆਪਣਾ ਸੱਜਾ ਕੰਨ ਧਰਤੀ ਨੂੰ ਲਾ ਕੇ ਰੱਖੋ ਮੋਢਾ ਧਰਤੀ ਨੂੰ ਲਾ ਕੇ ਰੱਖੋ 1 2 3 4 5 6 ਚੇਂਜ ਅਦਰ ਸਾਈਡ ਲੈਫਟ ਫੁੱਟ ਨੂੰ ਲੈਫਟ ਲੈਗ ਨੂੰ ਓਵਰ ਦ ਵੇ ਰਾਈਟ ਸਾਈਡ ਟੱਚ ਕਰਨੀ ਹੈ ਰਾਈਟ ਸਾਈਡ ਧਰਤੀ ਦੇ ਨਾਲ ਅਤੇ ਦੇਖਣਾ ਹੈ ਲੈਫਟ ਸਾਈਡ ਸ਼ੋਲਡਰ ਨੂੰ ਟੱਚ ਕਰਕੇ ਰੱਖਣਾ ਹੈ ਖੱਬੇ ਕੰਨ ਨੂੰ ਧਰਤੀ ਨਾਲ ਲਾ ਕੇ ਰੱਖਣਾ ਹੈ 1 2 3 4 5 6 ਗੁੱਡ ਜਾਬ ਵੈਰੀ ਵੈਲ ਆਲ ਆਫ ਇਟ ਇਨ ਵੈਰੀ ਗੁੱਡ ਸੋ ਨਾਓ ਅਨਦਰ ਐਕਸਰਸਾਈਜ਼ ਸੋ ਯਾਦ ਰੱਖਿਓ ਸਾਡੇ ਕੋਲ ਟਾਈਮ ਥੋੜ੍ਹਾ ਹੁੰਦਾ ਹੈ ਕਰਨ ਵਾਲਾ ਕੰਮ ਬਹੁਤ ਹੁੰਦਾ ਹੈ ਇਸ ਕਰਕੇ ਅਸੀਂ ਐਕਸਰਸਾਈਜ਼ ਨੂੰ ਵੱਧ ਤੋਂ ਵੱਧ 2 ਜਾਂ 3 ਵਾਰੀ ਰਿਪੀਟ ਕਰਦੇ ਹਾਂ ਤੁਸੀਂ ਹਰ ਐਕਸਰਸਾਈਜ਼ ਜੋ ਅਸੀਂ ਕਰਾ ਰਹੇ ਹਾਂ ਘੱਟ ਤੋਂ ਘੱਟ 3 ਵਾਰੀ ਤੋਂ 5 ਵਾਰੀ ਵੀ ਕਰ ਸਕਦੇ ਹਾਂ ਤੁਸੀਂ 10 ਵਾਰੀ ਵੀ ਕਰ ਸਕਦੇ ਹੋ ਲੇਕਿਨ 3 ਤੋਂ 5 ਦਾ ਰਾਊਂਡ ਤੁਸੀਂ ਰੱਖਣਾ ਹੈ ਹੁਣ ਕੀ ਕਰਨਾ ਹੈ ਆਪਣੇ ਆਪਾਂ ਹੁਣ ਕਰਦੇ ਹਾਂ ਲੋਅਰ ਦੀ ਐਕਸਰਸਾਈਜ਼ ਇਸ ਦੇ ਵਿੱਚ ਗੋਡਿਆਂ ਨੂੰ ਤਾਂ ਇਕੱਠਾ ਕਰ ਲੈਣਾ ਪੈਰਾਂ ਨੂੰ ਪਿੱਛੇ ਜੋੜ ਕੇ ਗੋਡੇ ਇਕੱਠੇ ਕਰਕੇ ਲੰਬਾ ਸਾਹ ਲਿੱਤਾ 11 ਨੰਬਰ ਸਾਹ ਲਓ ਗੁਰੂ ਭਲੀ ਕਰੇ ਗੁਰੂ ਅੰਗਦ ਸਿੰਘ ਗੁਰੂ ਰਾਖਾ ਮਿਲਦੇ ਹਾਂ ਇਸ ਆਉਣ ਵਾਲੇ ਸ਼ਨੀਵਾਰ ਨੂੰ 7:30 ਵਜੇ ਤਦ ਤੱਕ ਦਾਸ ਓਂਕਾਰ ਸਿੰਘ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਬੱਚੋ ਜੀ